ਚੁੱਟਣ ਖਟੋਲੇ ਹੁੰਦੇ ਸੀ ਇਹਦੇ, ਜਿੱਥੇ ਚਾਹੇ ਉੱਥੇ ਕਾ ਕਿਆ ਭੁੱਲ ਗਏ ਨਿਰਪਕੰਨਿਆ ਕੇ ਕਾਰਨੇ ਇੱਕ ਪਿਆ ਪੇਖ ਤਾਰੀ ਕਾਮਾ ਰਤੀ ਸਵਾਰਥੀ ਬਾਕੀ ਪੈਜ ਬੋਲੀਏ ਸਵਾਰੀ। ਉਦੋਂ ਉੱਡਣ ਕਟੋਲਾ ਲੈ ਕੇ ਨਹੀਂ ਸੀ ਉਹ ਕਾਰੀਗਰਾਂ ਦਾ ਬਾਲਕਾ ਗਿਆ, ਨਿਰਪਕੰਨਿਆ ਰਾਜੇ ਦੀ ਕੰਨਿਆ ਨੂੰ ਵਿਆਹੁਣ ਵਾਸਤੇ ਕਿ ਮੈਂ ਵਿਸ਼ਨੂੰ ਭਗਵਾਨ ਨਾਲ ਸ਼ਾਦੀ ਕਰਾਉਣੀ ਹੈ। ਚਾਦਰ ਪੂਜੀ ਬਣ ਗਿਆ, ਗਰੜ ਦਾ ਸਰੂਪ ਬਣਾ ਲਿਆ, ਉੱਡਣ ਕਟੋਲਾ ਜਾ ਕੇ ਮਹਿਲਾਂ ਕੋਲ ਉੱਤੇ ਉੱਤਰ ਗਿਆ, ਲੈ ਆ ਜਾ ਸ਼ਹਿਜਾਦੀ ਮੈਂ ਆ ਗਿਆ ਹਾਂ ਵਿਸ਼ਨੂੰ ਭਗਵਾਨ। ਉਹਨਾਂ ਨੂੰ ਸਭ ਕੁਝ ਬਣਨਾ ਆਉਂਦਾ ਸੀ, ਅਕਲ ਕਿਤੇ ਉਦੋਂ ਹੈ ਨਹੀਂ ਸੀ। ਸਾਡੇ ਬਾਹਰਲੇ ਦੇਸ਼ਾਂ ਨੂੰ ਮੈਂ ਤਾਂ ਇਹ ਕਹਿਣਾ ਵੀ ਅਕਲਮੰਦ ਬਣਾਇਆ ਹੀ ਭਾਰਤ ਭੂਮੀ ਦੇ ਸਾਡੇ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਬਣਾਉਂਦੇ, ਅੱਗੇ ਵੀ ਚੱਲ ਰਹੇ ਨੇ। ਆਉਂਦਾ ਆਉਂਦਾ ਉਹਨਾਂ ਨੂੰ ਕੁਛ ਨਹੀਂ ਹੈ, ਬਾਹਰਲੇ ਦੇਸ਼ਾਂ ਨੂੰ ਕੱਖ ਨਹੀਂ ਆਉਂਦਾ। ਜੇ ਲੱਖਾਂ ਦੇ ਬਣਾ ਦਿੱਤਾ, ਕਰੋੜਾਂ ਦੇ ਬਣਾਤਾ, ਅਰਬਾਂ ਖਰਬਾਂ ਦੇ ਬਣਾਤਾ, ਅਰਬਦ ਨਰਬਦ ਨੀਲ ਅਨੀਲ ਤੱਕ ਪਹੁੰਚਾ ਦਿੱਤਾ ਤਾਂ ਹਿੰਦੁਸਤਾਨ ਦੀ ਸ਼ਕਤੀ ਨੇ ਬਣਾਇਆ ਹੈ। ਇੱਥੇ ਦੇ ਖਜ਼ਾਨਿਆਂ ਦੇ ਬਾਰੇ ਮੈਂ ਉਦੋਂ ਬੋਲਿਆ ਸੀ ਕਿ ਕਿੰਨੇ ਲੁੱਟ ਕੇ ਲੈ ਗਏ। ਇਹ ਸਾਡਾ ਭਾਰਤ ਭੂਮੀ ਆਮ ਕਹਿੰਦੇ ਨੇ ਜੀ ਇਹ ਸੋਨੇ ਦੀ ਚਿੜੀ ਹੈ, ਉਹ ਮੈਂ ਉਸ ਤੋਂ ਵੀ ਉੱਤੋਂ ਦੀ ਬੋਲਣਾ ਗੋਲਾ ਮਾਰਦਾ ਵੀ ਸੋਨਾ ਬਣਿਆ ਕਾਹਦਾ? ਪਾਰਸ ਦਾ। ਇਹ ਤਾਂ ਪਾਰਸ ਦੀ ਧਰਤੀ ਹੈ, ਸਤਿਗੁਰ ਮਹਾਂਪੁਰਖਾਂ ਨੇ ਪਾਰਸ, ਸਤਿਗੁਰੂਆਂ ਦੀ ਧਰਤੀ ਹੈ, ਗੁਰੂਆਂ ਦੀ ਧਰਤੀ ਹੈ, ਵੇਦਾਂ ਦੀ ਧਰਤੀ ਹੈ, ਪੁਰਾਣਾਂ ਦੀ, ਸੁਰਤੀਆਂ ਦੀ, ਸ਼ਾਸਤਰਾਂ ਦੀ, ਰਿਸ਼ੀਆਂ ਮੁਨੀਆਂ ਦੀ ਧਰਤੀ ਹੈ। ਪੀਰ ਪੀਰਾਂ ਫਕੀਰਾਂ ਦੀ ਗੱਲ, ਉਹ ਹਜ਼ਰਤ ਮੁਹੰਮਦ ਸਾਹਿਬ, ਈਸਾ ਮਸੀਹ ਆਦਿ ਠੀਕ ਹੈ ਬਾਹਰਲੇ ਦੇਸ਼ਾਂ ਵਿੱਚ ਹੋਏ, ਮਗਰ ਉਹਨਾਂ ਦੀਆਂ ਮੈਂ ਆਮ ਦੀਵਾਨਾਂ ਵਿੱਚ ਵੀ ਆਪਣੇ ਮਲੇਰਕੋਟ ਵਾਲੇ ਰਿਆਸਤ ਅਸਰਾਰ ਬਹਾਦਰ ਸਰਾ ਗੁਰੂ ਰਾਮ ਸੁਣੀ ਬੈਠੇ ਹੈ, ਆਪ ਕਿਹੜਾ ਨਹੀਂ ਸੁਣਦੇ? ਜਦੋਂ ਬਾਣੀ ਆਉਂਦੀ ਪੈਗੰਬਰ ਸਾਹਿਬ ਨੂੰ ਚਾਹੇ ਈਸਾ ਮਸੀਹ ਨੂੰ ਆਈ, ਉਹਨਾਂ 'ਚ ਭੇਦ ਪੈ ਗਏ, ਵਿਖੇਪ ਪੈ ਗਏ। ਕੁਰਾਨ ਸ਼ਰੀਫ ਆਈ, ਚਾਹੀ ਅੰਜੀਲ ਆਈ, ਤੌਰੇ ਤਾਈ ਜ਼ਬੂਰ ਆਇਆ, ਉਹਨਾਂ ਨੂੰ ਹੱਡੀਆਂ 'ਤੇ ਵੀ ਲਿਖਿਆ ਗਿਆ, ਚੱਪੜੀਆਂ 'ਤੇ ਵੀ, ਜਿਹੜੀਆਂ ਭਾਂਡੇ ਹੁੰਦੇ ਨੇ ਚੱਪੜੀਆਂ, ਚੱਪੜਾਂ 'ਤੇ ਵੀ ਲਿਖਿਆ ਗਿਆ, ਹੋਰ ਕਿੱਥੇ ਲਿਖਿਆ ਗਿਆ, ਚਮੜੇ 'ਤੇ ਵੀ ਲਿਖਿਆ ਗਿਆ ਉਹਨਾਂ ਨੂੰ, ਔਰ ਉਹਦੇ ਵਿੱਚ ਵਿਖੇਪ ਪੈ ਗਿਆ। ਪਰ ਸਾਡੇ ਵੇਦਾਂ ਵਿੱਚ ਕੋਈ ਵਿਖੇਪ ਨਹੀਂ ਪਿਆ। ਗੁਰਬਾਣੀ ਦਸਮ ਗ੍ਰੰਥ 'ਤੇ ਅੱਜ ਟੀਕਾ ਟਿੱਪਣੀ ਹੋ ਰਹੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਕੀ ਪਿਆ? ਗੱਜ ਕੇ ਬੋਲੋ ਸਦਾ, ਇੱਕ ਅੱਖਰ ਵੀ ਕੋਈ ਹਿਲਾ ਚਲਾ ਨਹੀਂ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਇਹਦੇ ਵਿੱਚ ਆਪਦੀ ਬਾਣੀ ਨਹੀਂ ਭਰ ਸਕਦਾ। ਇਹ ਐਸਾ ਦੇਸ਼ ਜਿੱਥੇ ਜਿਹੜੇ ਕੰਗਾਲ ਆਉਂਦੇ ਨੇ, ਗਰੀਬ ਆਉਂਦੇ ਨੇ, ਲਟੇਰੇ ਆਉਂਦੇ ਨੇ, ਡਾਕੂ ਆਉਂਦੇ ਨੇ, ਸਾਡੀਆਂ ਲੱਖਾਂ ਲੱਖਾਂ ਗਿਣਤੀ 'ਚ ਵੀ ਲੜਕੀਆਂ, ਗੱਭਰੂ ਜੋਵਾ ਅਵਸਥਾ ਵਾਲੇ ਮੁੰਡਿਆਂ ਨੂੰ ਟਕਾ ਟਕਾ ਮੁੱਲ ਗਜਨੀ 'ਚ ਜਾ ਕੇ ਪਵਾਇਆ, ਲੁੱਟ ਲੁੱਟ ਕੇ ਲੈ ਗਏ ਕਿੱਥੇ ਤੱਕ? ਉਹ ਕਿੱਥੇ ਮੈਂ ਉਹਨਾਂ ਮੰਦਰਾਂ ਦੀਆਂ ਗੱਲਾਂ, ਮੂਰਤੀਆਂ ਤੋੜ ਲੈਣੀਆਂ, ਸੋਨੇ ਲੈ ਜਾਣੇ, ਸਭ ਕੁਝ ਲੁੱਟ ਕੇ ਲੈ ਜਾਂਦੇ ਸਨ। ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ ਆਦਿਕ, ਸਿਕੰਦਰ ਵਰਗੇ ਕਹਿੰਦੇ ਸਾਰਾ ਲੁੱਟ ਲਓ, ਉਹ ਲੁੱਟ ਕੇ ਹੀ ਲੈ ਗਏ। ਚੋਰ ਤੱਕ ਹੀ ਰਹੀ ਜੇ ਘਰ ਲੁੱਟ ਲੈਣ, ਉਹੀ ਰੋਈ ਆਈਦਾ, ਉਹੀ ਰੋਂਦੇ ਹਾਂ, ਉਹੀ ਰੋਂਦੇ। ਉਹ ਸਾਡਾ ਹਿੰਦੁਸਤਾਨ ਇੰਨਾ ਲੁੱਟਿਆ, ਇਹ ਫਿਰ ਸੋਨੇ ਦਾ, ਸੋਨੇ ਦੀ ਗੱਲ ਇਹ ਨਹੀਂ, ਪਾਰਸ ਦਾ ਪਾਰਸ ਪਿਆ ਹੈ। ਆਓ ਲੱਗੋ ਨਾਲ, ਲਾਸ਼ੋ ਜੋ ਸੋਨੇ ਸੋਨਾ ਬਣੀ ਜਾਓ ਤੁਸੀਂ। ਐਸਾ ਦੇਸ਼ ਧਨਪਤੀ ਕੋਈ ਦੇਸ਼ ਨਹੀਂ ਹੈ। ਉਹਨਾਂ ਦੇਸ਼ ਵਿਦੇਸ਼ੀਆਂ ਨੂੰ, ਫੋਰਨ ਕੰਟਰੀ ਨੂੰ
ਆਪ ਹੀ ਅਕਲਵਾਨ ਬਣਾ ਰਹੇ ਹੋ। ਸਾਡੀ ਮੱਤ ਜਾ ਰਹੀ ਹੈ ਉੱਥੇ ਹੁਣ ਵੀ, ਜਿੰਨੇ ਪੜ੍ਹੇ ਲਿਖੇ ਨੌਜਵਾਨ ਲੜਕੀਆਂ ਲੜਕੇ ਇਹ ਸਭ ਉਹਨਾਂ ਨੂੰ ਮੱਤ ਦੇ ਦੇ ਕੇ ਆਉਂਦੇ ਨੇ, ਉਹਨਾਂ ਨੂੰ ਤਾਂ ਚੁੱਕਦੇ ਨੇ। ਸਾਡੇ ਪਾਸ ਬਹੁਤ ਵੱਡਾ ਖਜ਼ਾਨਾ ਹੈ, ਭਾਰਤ ਦੇਸ਼ ਵਿੱਚ ਸਭ ਤੋਂ ਵੱਡਾ ਅਮੀਰ ਅਤੇ ਮੋਢੇ ਆ ਪਹਿਲ ਸਾਡੇ ਭਾਰਤ ਭੂਮੀ ਦੀ ਹੈ। ਬਾਕੀ ਹਜ਼ਾਰਾਂ ਦੇਸ਼, ਸੈਂਕੜੇ ਦੇਸ਼ ਪਿੱਛੋਂ ਵਸੇ ਨੇ ਸਾਰੇ, ਮੋਢਾ ਆਪਣਾ ਹੈ। ਵੇਦਾਂ ਤੋਂ ਮੁਰਾਦ ਮੈਂ ਤਾਂ ਬੋਲਦਾ ਸੀ ਇਸ ਗੱਲ ਦੇ ਨਾਲ। ਹਾਂ, ਇਹ ਔਲਾਦ ਕਰ ਰਹੇ ਨੇ, ਕਾਲਕੇ ਦੇ ਵਿੱਚ ਚੜ੍ਹਾਈ ਕਰ ਦਿੱਤੀ, ਤਾਂ ਉਹਨਾਂ ਨੂੰ ਗੱਲ ਮਕਾਓ ਕੁਸ਼ੂ ਸ਼ਹਿਰ ਤੋਂ ਵਿਦੇ ਬੇਘਰਾ ਕਰ ਦਿੱਤਾ। ਉਹ ਲੁੱਟਦੇ ਮਾਰਦੇ ਚਲੇ ਗਏ, ਪੂਰਬ ਦੇਸ਼ ਵਿੱਚ ਚਲੇ ਗਏ, ਸਨੌੜ ਸੋਢੀ ਜਿੱਥੋਂ ਚੱਲੇ। ਅਗਲਾ ਹਿੱਸਾ ਚਲੋ ਥੋੜ੍ਹਾ ਸਾ ਹੋਰ, ਬਾਕੀ ਰਹਿ ਗਏ ਕੁਛ ਹਿੱਸੇ 'ਚ। ਲਉ ਲਾਹੌਰ ਦੇ ਵਾਸੀ, ਇਸ ਤੋਂ ਬਾਅਦ ਉਹਨਾਂ ਨੇ ਬੇਦੇ ਬੇ ਕਰੇ ਹੋ ਗਏ, ਲੁੱਟ ਲੁੱਟ ਕੇ ਆਪਣੀਆਂ ਜਾਇਦਾਦਾਂ ਜ਼ਮੀਨਾਂ ਰਾਜ ਭਾਗ ਤੱਕ ਕੁਛ ਕੀਤਾ, ਕੁਛ ਗਰੀਬ ਹੋ ਗਏ। ਕਈ ਸੱਜਣ ਉਹਨਾਂ ਦੇ ਵਿੱਚੋਂ ਕਾਂਸ਼ੀ ਵਿੱਚ ਪੜ੍ਹ ਕੇ ਵਿੱਦਿਆ ਪ੍ਰਾਪਤ ਕਰਕੇ, ਵੇਦ ਪੜ੍ਹ ਕੇ ਕੁਦਰਤੀ ਚੱਲਦੇ ਚੱਲਦੇ, ਕਿਉਂ ਮੁਗਧ ਪੂਜਾ ਨਿਜ ਧਾਮੇ, ਪ੍ਰਭੂ ਪੂਜਾ ਨਿਜ ਨਗਰ, ਭੂਪ ਪੂਜਾ ਸਵਦੇਸ਼ ਮੇਂ, ਪੂਜਤ ਗੁਣੀ ਸਮਗਰ। ਮੂਰਖ ਦੀ ਪੂਜਾ ਘਰ ਦੇਹਲੀ ਦੇ ਅੰਦਰ ਚੁੱਲ੍ਹੇ ਦੇ ਮੂਹਰੇ ਹੋਊਗੀ, ਨੰਬਰਦਾਰ ਦੀ ਪੂਜਾ ਪਿੰਡ ਪਿੰਡ ਵਿੱਚ ਹੈ, ਤਹਿਸੀਲ ਲਿਜਾਣਾ ਪੈਂਦਾ, ਹਾਮੀ ਪਰਾਉਣੀ ਪੈਂਦੀ ਹੈ। ਰਾਜੇ ਦੀ ਪੂਜਾ ਆਪਣੀ ਰਾਜਧਾਨੀ ਵਿੱਚ ਆਊ, ਵਿਦੇਸ਼ੀ ਨਹੀਂ ਮੰਨਦਾ। ਮਹਾਰਾਜਾ ਪਟਿਆਲਾ ਅਤੇ ਨਾਭਾ ਦਾ ਬੜਾ ਡਿਫਰੈਂਸ ਰਿਹਾ, ਆਹੀ ਨਹੀਂ ਸੀ ਮੰਨਦੇ ਕਿ ਤੂੰ ਮੇਰੀ ਰਿਆਸਤ ਵਿੱਚ ਪੈਰ ਧਰ ਕੇ ਦਿਖਾ ਬਿਨਾਂ ਆ ਗਿਆ ਤੂੰ। ਰਾਜੇ ਦੀ ਪੂਜਾ ਆਪਣੀ ਰਾਜਧਾਨੀ ਵਿੱਚ ਹੋਊਗੀ, ਪਰ ਜਿਹੜਾ ਗੁਣਵਾਨ ਪੁਰਸ਼ ਹੈ ਉਹ ਜਿੱਥੇ ਵੀ ਚਲਿਆ ਜਾਵੇ ਉਹਦੀ ਪੂਜਤ ਗੁਣੀ ਸਮਗਰ, ਉਹਦੀ ਪੂਜਾ ਸਾਰੇ ਹੀ ਹੁੰਦੀ ਹੈ ਜਿੱਥੇ ਬੈਠ ਜਾਵੇ ਉਹ। ਤੋਂ ਬੇਦੀਆਂ ਨੇ ਆ ਕੇ, ਬਹੁਤ ਵੱਡੀ ਗੱਲ ਹੈ, ਅੰਮ੍ਰਿਤਸਰ ਦੀ ਧਰਤੀ ਵਿੱਚ ਕਥਾ ਸ਼ੁਰੂ ਕਰ ਦਿੱਤੀ। ਤੋ ਕਾਲ ਰਾਏ ਦੇ ਪੁੱਤਰ ਪੋਤੇ ਔਰ ਵੀ ਆ ਗਏ, ਕਥਾ ਸੁਣੀ, ਦੋ ਤਿੰਨ ਵੇਦਾਂ ਦੀ, ਚੌਥਾ ਰਹਿ ਗਿਆ, ਬੈਰਾਗ ਹੋ ਗਿਆ। ਕਹਿੰਦੇ ਲਓ ਹੁਣ ਤੁਸੀਂ ਕੁਸ਼ੂ ਵੰਸ਼ ਦੇ ਸੱਜਣੋ, ਜੇ ਵਿੱਦਿਆ ਪ੍ਰਾਪਤ ਕੀਤੀ ਸੀ, ਸਾਨੂੰ ਵੈਰਾਗ ਲੱਗ ਗਿਆ, ਤੁਹਾਨੂੰ ਰਾਜ ਦੇ ਚੱਲਿਆਂ ਲਓ, ਲਾਹੌਰ ਵਾਸੀ ਹੋ, ਤੁਹਾਨੂੰ ਰਾਜੇ ਬਣਾ ਚੱਲੇ ਹਾਂ ਅਸੀਂ, ਹੁਣ ਬਣਾ ਨੂੰ ਚੱਲੇ ਹਾਂ। ਉੱਥੋਂ ਬੇਦੀ ਸ਼ੁਰੂ ਹੋ ਗਏ, ਗੱਜ ਕੇ ਬੋਲੋ ਤਿੰਨ ਬੇਦੀਆਂ ਨੇ ਕਿ ਕੁੱਲ ਵਿਖੇ ਪ੍ਰਗਟੇ ਨਾਨਕ, ਸਭ ਸਿੱਖਣ ਕੋ ਸੁਖ ਦਿਓ, ਜੈ ਤੈ ਪਏ ਸਹਾਇ। ਗੱਜ ਕੇ ਬੋਲੋ, ਆ ਬਣਾ ਨੂੰ ਚਲੇ। ਉਧਰ ਦੂਸਰੇ ਕੁਸ਼ੂ ਦੇ ਵੰਸ਼ ਦੇ ਬਜ਼ੁਰਗਾਂ ਵਿੱਚੋਂ ਜੋਧੇ ਸੂਰਮੇ ਬਣ ਕੇ ਅੱਗੇ ਉਹਨਾਂ ਨੇ, ਮੈਂ ਥੋੜ੍ਹੀ ਜਿਹੀ ਕਥਾ ਹਿੰਟਾਂ ਮਾਤਰੇ ਸੁਣਾਉਂ, ਕਿਉਂਕਿ ਟਾਈਮ ਹੁਣ ਸੰਗਤ ਦਾ ਉਧਰ ਤਾਂ ਪੌਣੇ ਦੋ ਹੋ ਗਏ ਨੇ, ਘੰਟਾ ਮੈਨੂੰ ਪੂਰਾ ਲੱਗ ਚੁੱਕਿਆ,
ਐਂ ਲੱਗਦਾ ਵੀ ਹੁਣੇ ਸ਼ੁਰੂ ਕੀਤਾ, ਅਜੇ ਲਾਈਨਾਂ ਬੱਝੀਆਂ ਉਹਨੇ, ਹੁਣ ਸਿਰੇ ਉੱਧਰ ਵੀ ਉੱਧਰ ਵੀ ਉੱਧਰ ਵੀ, ਕਿਉਂਕਿ ਧੁੰਦ ਨੇ ਗੱਡੀਆਂ ਤੁਰਨ ਨਹੀਂ ਦਿੱਤੀਆਂ ਕਿਸੇ ਦੇ ਵੱਸ ਦੀ ਗੱਲ ਨਹੀਂ, ਪਰਮੇਸ਼ਰ ਦੀਆਂ ਪਰਮੇਸ਼ਰ ਜਾਣੇ। ਅਗਲੀ ਗੱਲ, ਇਸ ਮਾਰਗ 'ਤੇ ਚੱਲਣ ਵਾਲਿਓ ਧਾੜਵੀ ਲੋਕ ਹੋ ਗਏ, ਕਿੱਥੇ ਅੱਧੇ ਸੱਜਣ ਉਹਨਾਂ ਦੇ ਵਿੱਚੋਂ ਪੂਰਬ ਤੋਂ ਬਾਅਦ ਦੱਖਣ ਦੇਸ਼ਾਂ ਵੱਲ ਨੂੰ ਆਗਰੇ ਪਹੁੰਚੇ, ਚਲੋ ਆਪੋ ਆਪਣੇ ਹਿੱਸੇ ਵੰਡ ਲਓ। ਕੁਸ਼ੂ ਬੰਸ਼ ਦੇ ਲੋਕਾਂ ਦੀ ਗੱਲ ਹੈ ਇਹ, ਮੈਂ ਹੋ ਸਕਿਆ ਤਾਂ ਅਲੈਦਾ ਛੁਪਵਾਊਂਗਾ, ਇਸਦੀ ਰਚਨਾ ਮੈਂ ਛੁਪਵਾਊਂਗਾ, ਤੋ ਜਿਸ ਨੂੰ ਕਈ ਸੱਜਣ ਟੀਕਾ ਟਿੱਪਣੀਆਂ ਕਰਦੇ ਨੇ, ਫਿਰ ਮੈਂ ਉਹਦੇ 'ਤੇ ਵੀ ਬੋਲਣਾ ਹੈ ਕੁਛ। ਅੱਜ ਦੇ ਸਮੇਂ ਦੇ ਅਨੁਸਾਰ, ਔਰ ਸ਼ਨੀਵਾਰ ਸੀ ਪੌਸ ਦੀ ਸੱਤੇ, ਅਸੀਂ ਕੱਟਤਾ ਇਕੱਠੇ ਹੀ ਆ, ਦੇਖੋ 23, 24, 25, 26, 27, 28 ਚੱਲਦਾ ਹੀ ਚੱਲਦਾ ਮਾਤਾ ਗੁਜਰੀ ਸਰਾਂ ਵਿੱਚ ਅੱਜ ਇੱਥੇ ਆਨੰਦ ਵਰਤ ਰਿਹਾ ਹੈ। ਕਿਆ ਆਨੰਦ ਹੈ! ਮੈਂ ਤਾਂ ਕਿਹਾ ਵੀ ਥੱਕ ਗਏ ਹੋਣਗੇ, ਐਤਵਾਰ ਦੀ ਗੱਲ ਆ, ਕਿਹਨੇ ਆਉਣਾ, ਉੱਥੇ ਤਾਂ ਉਵੇਂ ਹੱਦ ਟੁੱਟ ਗਈ। ਡੀ ਸੀ ਸਾਹਿਬ ਦੀਆਂ ਕੋਠੀਆਂ ਤੱਕ ਮੈਨੂੰ ਗਿਆਨੀ ਭਜਨ ਸਿੰਘ ਕਹਿੰਦਾ, ਗਾਹਾਂ ਵੀ ਗੇਟ ਤੱਕ ਹੁਣ ਕੋਈ ਨਹੀਂ ਗੱਡੀ ਲੰਘ ਸਕਦੀ, ਕਹਿੰਦਾ ਕੋਈ, ਉੱਥੇ ਤਾਂ ਆਏ ਉੱਤਰੀ। ਮੈਂ ਕਿਹਾ ਥੱਕੇ ਪਏ ਹੋਣਗੇ, ਦਿਨ ਰਾਤ ਕਿੰਨੇ ਲੰਘੇ, ਕੋਈ ਦੁੱਧਾਂ ਨੂੰ ਢੋਂਦਾ ਹੀ, 12 ਟੈਂਪੂ ਤਾਂ ਦੁੱਧ ਢੋ ਰਹੇ ਸੀ, 100 ਕੁਇੰਟਲ ਤੱਕ ਦੱਸਿਆ ਵੀ ਰੋਜ਼ ਦਾ ਰੋਜ਼ 100 ਕੁਇੰਟਲ ਦੁੱਧ ਚੱਲ ਜਾਂਦਾ ਸੀ। ਬਾਕੀ ਸਮੱਗਰੀ ਲਾ ਲਓ ਤੁਸੀਂ ਹਿਸਾਬ, ਕਿੰਨਾ ਕੁ ਲੱਗਿਆ ਹੋਊਗਾ ਸਾਜੋ ਸਮਾਨ। ਦਿਨ ਰਾਤ ਇੱਕ ਕੀਤਾ ਪਿਆ ਵੀ ਚਲੋ, ਮੇਰੇ ਤਾਂ ਖਿਆਲ, ਮੈਂ ਬੋਲਦਾ ਵੀ ਥੱਕ ਗਏ ਹੋਣਗੇ, ਇਹ ਤਾਂ ਆਏ ਉਤਰਨ, ਉਹ ਜਿਉਂ ਜਿਉਂ ਟਾਈਮ ਅੱਗੇ ਜਾਵਦੇ ਨੂੰ ਜਾਵੇ ਤਿਉਂ ਤੋਂ ਚੁਕੰਨੇ ਹੁੰਦੇ ਨੇ, ਸਮਝਦੇ ਵੀ ਹੋਰ ਲਾਹਾ ਲਈਏ ਹੋਰ ਲਈਏ। ਅੱਜ ਵੀ ਸੋਚਾਂ 10ਵੀਂ 'ਤੇ ਕਿਹਨੇ ਆਉਣਾ, ਉਹ ਆਉਣ ਵਾਲਿਆਂ ਨੇ ਤਾਂ ਕੀ ਕਹਿੰਦੇ ਸਿੱਖ, ਨਦੀਆਂ ਚੀਰਦੇ ਜਾਂਦੇ ਮਿਲਣ ਪਿਆਰੇ ਗੁਰਾਂ ਨੂੰ, ਝੱਖੜ ਚਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਇਹ ਨਹੀਂ ਹਟਦੇ, ਸਿੱਖ ਨਦੀਆਂ ਚੀਰਦੇ ਆਉਂਦੇ ਮਿਲਣ ਪਿਆਰੇ ਗੁਰਾਂ ਨੂੰ, ਬਈ ਸਿੱਖ ਨਦੀਆਂ ਚੀਰਦੇ ਆਉਂਦੇ, ਸਿੱਖ ਨਦੀਆਂ ਚੀਰਦੇ ਆਉਂਦੇ, ਸਿੱਖ ਨਦੀਆਂ ਚੀਰਦੇ ਆਉਂਦੇ।
ਇਹ ਤਾਂ ਇੱਕ ਨਜ਼ਦੀਕਾਂ ਦੀ ਵਿਦੇਸ਼ ਬੈਠੇ ਹੀ ਆਪਣੇ ਪਾਸ ਕੰਗਣ ਵਾਲੀ ਆ ਪਰਿਵਾਰ। ਚਲੋ ਇੱਕ ਕਹਿੰਦਿਆਂ ਹੋਰ ਬਹੁਤ ਨੇ ਆ ਭੀੜ ਵਾਲੇ ਸਮਰਾ ਪਰਿਵਾਰ ਆਦਿਕ ਆ ਗਏ, ਕੋਈ ਉੱਚੇ ਨੀਚੇ ਪਾਦਲੇ ਵਾਲੇ ਆ ਉੱਠੇ, ਕੋਈ ਕਿਆ ਅਸੀਂ ਦੁਆਬੇ ਵਾਲੀ ਸੰਗਤ ਵੱਲ ਦੇਖਦੇ ਹਾਂ, ਸਰਦਾਰ ਮਹਿੰਦਰ ਸਿੰਘ ਭੈਣ ਰਾਮਪੁਰ ਵਾਲੇ ਰੇਰੂ ਸਾਹਿਬ ਵਾਲੇ। ਇਹ ਨਦੀਆਂ ਦੀ ਗੱਲ ਨਹੀਂ, ਸਮੁੰਦਰਾਂ ਨੂੰ ਵੀ ਚੀਰ ਕੇ ਲੰਘਿਆ ਹੈ ਉੱਤੋਂ ਦੀ। ਧੰਨ ਗੁਰੂ ਮਹਾਰਾਜ, ਆਪਦੀ ਬਾਣੀ ਧੰਨ ਹੈ, ਉੱਤੋਂ ਦੀ ਹੈ, ਸਮੁੰਦਰਾਂ ਨੂੰ ਚੀਰ ਚੀਰ ਕੇ, ਸਮੁੰਦਰ ਸਾਗਰ ਇਹਨਾਂ ਨੇ ਪ੍ਰਮਾਣ ਪੱਕਾ ਕਰ ਦਿੱਤਾ, ਨਿਸ਼ਚਾ ਕਰਾ ਦਿੱਤਾ ਕਿ ਜਾਣਾ ਜ਼ਰੂਰ ਹੈ। ਆਹ ਸਰਦਾਰ ਇੱਧਰ ਬੈਠੇ ਸਾਡੇ ਕੋਲ, ਸਰਦਾਰ ਮਨਜੀਤ ਸਿੰਘ ਕੜਾਹੇ ਵਾਲੇ, ਇਹ ਹੁਣ ਕਨੇਡਾ ਬਿਨਾਂ ਨਹੀਂ ਖੜ੍ਹਦੇ, ਆਹ ਤਾਂ ਗਏ ਉਤਰਿਆ ਇਹ ਵਿਚਾਰੇ, ਕਨੇਡਾ ਜਾਣਾ ਹੈ, ਕਨੇਡਾ ਦਿਓ ਮੱਤ ਉਹਨਾਂ ਨੂੰ, ਜਿਹੜੀ ਇਹਨਾਂ ਕੋਲ ਮੱਤ ਹੈ। ਸਮੁੰਦਰ ਹੇਠਾਂ ਤੱਕ ਹੀ ਚਲੇ ਜਾਂਦੇ ਨੇ, ਕਈ ਕਈ ਮਹੀਨੇ ਨਹੀਂ ਮੁੜਦੇ ਸਮੁੰਦਰ ਤੋਂ ਹੇਠੋਂ। ਆਹ ਦੇਖੋ ਇਹ ਮੱਤ ਨਹੀਂ ਦੇਣ ਜਾਂਦੇ ਤਾਂ ਹੋਰ ਕੀ ਹੋ ਰਿਹਾ? ਜੋ ਮੈਂ ਬੋਲਿਆ ਉਹਦਾ ਤੁਸੀਂ ਜੇ ਹੋ ਸਕੇ ਤਾਂ ਵਿਚਾਰ ਕਰ ਲਿਓ, ਨਹੀਂ ਮੇਰੀ ਮੱਤ ਮੇਰੇ ਕੋਲ ਤਾਂ ਹੈਗੀ ਹੋਈ ਹੈ। ਅੱਛਾ, ਕਾਲਕੇਤ ਬਜ਼ੁਰਗ ਤਾਈ ਔਰ ਦੋ ਹਿੱਸੇ ਬਣ ਗਏ, ਇੱਕ ਅਮਰਕੋਟ ਬਾਬਾ ਜੀ ਅਮਰਕੋਟ ਜਿੱਥੇ ਆਪਣੇ ਚੌਧਰੀ ਸਾਹਿਬਾਨਾਂ ਨੇ ਆਕਰਸ਼ਣ ਲਾਇਆ ਸੀ, ਕਰਨਲ ਸਾਹਿਬ ਨੇ ਲਾਇਆ ਸੀ। ਇਹ ਆਗਰੇ ਤੋਂ ਇੱਕ ਲਾਈਨ ਪੈਂਦੀ ਹੈ ਕੋਟਾ ਬੂੰਦੀ ਆਦਿਕ ਨੂੰ ਜਾ ਕੇ ਬੰਬੇ ਨੂੰ ਨਿਕਲ ਜਾਂਦੀ ਹੈ, ਉਸ ਦੇ ਉੱਤੇ ਅਮਰਕੋਟ ਜਾ ਮੱਲਿਆ ਇੱਕ ਸੱਜਣ ਨੇ। ਉਹਨੇ ਜਾ ਕੇ ਦੇਖੇ ਬੁਰਿਆਈਆਂ ਵਾਲੇ ਲੋਕ, ਕਾਮੀ ਕ੍ਰੋਧੀ ਲੋਭੀ ਹੰਕਾਰੀ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਚੋਰ ਸਭ ਹੱਲਾ ਮਚਾ ਦਿੱਤਾ। ਪ੍ਰਿਥਵੀ ਰਾਜ ਉਸ ਉਹਨਾਂ ਨੂੰ ਉਸ ਵੇਲੇ ਆਪਦਾ ਦੇਸ਼ ਪਿਆਰ